हेलो गाइस, वेलकम बैक टू अनहद व्लॉग। अनहद गिल व्लॉग्स ते करते हैं वेलकम। आज अनहद हैगा आ फर्स्ट डे स्कूल दा छुट्टियां तो बाद, जो अनहद ने छुट्टियां पंजा दिसंबर तो बाद ते अज पहला दिन है। ठंड लग जांदी है, ठंड ते पता हैगी है थोड़ी जी। ते हुण अनहद करन दिया ब्रेकफास्ट, ते फिर नाल ही हुण करूगा तैयारी जाण दी स्कूल। बैकपैक रेडी है? वेरी गुड, चलिए फिर। तैयारी करो बस, तुम तगड़े हो गए। ਜੰਮੀ ਹੈ? ਚਲੋ, ਅਤੇ ਠੰਡ ਵੀ ਹੈ ਬਾਹਰ, ਬੱਦਲ ਵੀ ਬੜਾ ਜ਼ਿਆਦਾ ਹੋਇਆ ਨਾ ਅੱਜ। ਅੱਜ ਹੈਗਾ ਨਾ ਸਾਡਾ ਫਸਟ ਡੇ ਸਕੂਲ ਦਾ। ਵੇਖੋ ਕਿੱਦਾਂ ਸਟਾਰਸ ਬਣੇ, ਬਹੁਤ ਸੋਹਣੇ। ਹੁਣ ਅਨਹਦ ਕਰਨ ਡਿਆ ਬ੍ਰੇਕਫਾਸਟ, ਅਤੇ ਹੁਣੇ ਸਕੂਲ ਤਿਆਰੀ, ਯੂਨੀਫਾਰਮ ਪਾ ਕੇ ਰੈਡੀ। ਫਿਰ ਅਨਹਦ ਨੂੰ ਮੈਂ ਕਰੂੰਗਾ ਸਕੂਲ ਡਰੋਪ। ਅਨਹਦ ਅੱਜ ਦੂਜਾ ਫਿਰ ਸੱਚ ਹੋਸਪਿਟਲ ਵੀ ਜਾਣਾ ਨਾ। ਅੱਜ ਬਾਪੂ ਚੱਲਿਆ ਹੋਸਪਿਟਲ, चार पांच दिन लगने हॉस्पिटल। चलो चलो, डैडी सवेर तैयार हो, जो व्याह चले होंगे एकदम। ਅਨਹਦੀ ਕੈਪ ਗਵਾਚ ਗਈ ਸਵੇਰੇ ਸਵੇਰੇ, ਆਹ ਬੜਾ ਪੰਗਾ ਹੁੰਦਾ ਹਨਾ ਅਨਹਦ, ਕਦੀ ਰਿਮੋਟ ਗਵਾਚ ਜਾਂਦਾ ਰਜਾਈਆਂ ਦੇ ਵਿੱਚ, ਕਦੀ ਕੈਪ ਗਵਾਚ ਜਾਂਦੀ। ਅੱਜ ਬਾਹਰ ਆਉਣਾ ਤਾਂ ਬਹੁਤ ਜ਼ਿਆਦਾ ਠੰਡ ਪੈ ਗਈ, ਫਿਰ ਬੜੀ ਧੁੰਦ ਪੈ ਗਈ ਅੱਜ, ਬਹੁਤ ਠੰਡ ਹੋ ਗਈ। ਤੇ ਹੁਣ ਮੈਂ ਤੈਨੂੰ ਮੈਂ ਹੱਥ ਪਾਏ ਤਾਂ ਜੇਬ ਵੀ ਬੜੀ ਠੰਡੀ ਹੈ, ਸਾਰਾ ਕੁਝ ਠੰਡਾ ਲੱਗੀ ਜਾਣ ਡਿਆ। ਵੇਖੋ ਤੇਰੀ ਹੱਥ ਵਾਕੇ ਯਾਰ, ਦਿਖਾ। ਓਹੋ, ਜੇਬ ਵੀ ਠੰਡੀ ਆ। ਆਹੋ, ਬਹੁਤ ਠੰਡੀ ਆ। ਹੁਣ ਅਨਹਦ ਦੇ ਸਕੂਲ ਹੋ ਗਏ ਸਟਾਰਟ, ਤੇ ਕਲਾਸਾਂ ਵੀ ਜਿਹੜੀਆਂ ਉਹ ਵੀ ਕੰਟੀਨਿਊ ਚੱਲਣ ਲੱਗ ਪਈਆਂ। ਪੇਪਰ ਪੇਪਰ ਆਉਣ ਵਾਲੇ ਆ ਬਸ, ਹੁਣ ਫਾਈਨਲ ਇਗਜ਼ਾਮ ਸ਼ੁਰੂ ਹੋਣੀ ਵਾਲੇ ਹੈ ਨਾ। ਅਤੇ ਅਨਹਦ ਨੇ ਹੁਣ ਅੱਜ ਤੋਂ ਟਿਊਸ਼ਨ ਵੀ ਜਾਇਆ ਕਰਨਾ। ਕੱਲ੍ਹ ਫਸਟ ਡੇ ਸੀ ਤਾਂ ਸਕੂਲ ਦਾ, ਅੱਜ ਸੈਕਿੰਡ ਡੇ ਹੈ ਨਾ। ਮਹਾਂ ਉੱਠਿਆ ਅਨਹਦ ਅੱਜ ਤੋਂ? ਹਾਂਜੀ, ਪਰ ਮੈਂ ਪਤਾ ਨਹੀਂ ਕਿਉਂ ਲੇਟ ਉੱਠਿਆ। ਕਿਉਂ ਲੇਟ ਉੱਠਿਆ? ਚੱਲੀਏ ਫਿਰ ਆਪਾਂ ਅੱਜ ਹੁਣ ਸਕੂਲ, ਅਤੇ ਫਿਰ ਮੈਂ ਸਕੂਲ ਛੱਡ ਕੇ ਫਿਰ ਸਿੱਧਾ ਜਾਊਂਗਾ ਹੋਸਪਿਟਲ। ਜਿੱਦਾਂ ਪਤਾ ਹੀ ਹੈ ਤੁਹਾਨੂੰ ਸਾਰਿਆਂ ਨੂੰ ਕਿ ਨਾਨੂ ਅਨਹਦ ਦੇ ਕੱਲ੍ਹ ਦੇ ਐਡਮਿਟ ਕਰਵਾਏ ਹੋਸਪਿਟਲ, ਅਤੇ ਉਹਨਾਂ ਦੀ ਉੱਥੇ ਚੱਲਣ ਦੀ ਟ੍ਰੀਟਮੈਂਟ ਪੈਰ ਦੀ। ਉਦੋਂ ਤੋਂ ਲੈ ਕੇ ਹੁਣ ਤੱਕ ਤਿੰਨ ਪਾਸੇ ਆ ਗਈਆਂ, ਇੱਕ ਜੋ ਕੈਮਰਾ ਬੰਦ ਸੀ ਉਦੋਂ, ਇੱਕ ਜੋ ਕੈਮਰਾ ਆਨ ਸੀ ਉਦੋਂ, ਇੱਕ ਹੁਣ, ਇੱਕ ਜੋ ਸਵੇਰੇ ਉੱਠਣ ਲੱਗੀ ਹੈ। ਉਦੋਂ ਤੇ ਬੜੀਆਂ ਆਉਂਦੀਆਂ ਉੱਠਣ ਲੱਗਿਆਂ, ਤੇ ਬੜੀਆਂ ਸਾਰਿਆਂ ਨੂੰ ਬੜੀਆਂ ਆਉਂਦੀਆਂ। ਸਾਰੇ ਜਣੇ ਦੱਸੇ ਵਾਰ ਹੁੰਦਾ ਵਾਂਗੂ ਕੌਣ ਕੌਣ ਸੁਸਤੀ ਪਾ ਕੇ ਉੱਠਦਾ ਸਵੇਰੇ, ਬੜੀ ਸੁਸਤੀ ਪੈਂਦੀ ਮੈਨੂੰ ਤਾਂ, ਆਪ ਆ ਜਾਂਦੀ ਇਹਨਾਂ ਤੋਂ ਉੱਠਣ ਨੂੰ ਦਿਲ ਨਹੀਂ ਕਰਦਾ। ਅਤੇ ਹੁਣ ਉੱਧਰ ਮੰਮਾ ਡਈ ਆ ਕੀ ਉਹਨਾਂ ਨੇ ਦਿਆ ਟਿਫਨ ਬਣਾਉਣ ਅਨਹਦ ਦਾ, ਅਤੇ ਉੱਧਰੋਂ ਹੋਸਪਿਟਲ ਵਾਸਤੇ ਰੋਟੀ ਬਣ ਡਈ ਆ, ਉਹ ਵੀ ਲੈ ਕੇ ਜਾਣੀ। ਮੇਰਾ ਟਰਾਲੀ ਬੈਗ ਆ, ਅਨਹਦ ਦਾ ਬੈਗ ਵੀ ਰੈਡੀ ਆ। ਪਾਪਾ ਜੀ, ਮੈਂ ਹੁਣ ਅੱਜ ਤੱਕ ਉਲਟ ਕਰਦੀ ਆ, ਗਰਮੀਆਂ 'ਚ ਮੈਨੂੰ ਟਰਾਲੀ ਬੈਗ ਲੈ ਕੇ ਜਾਣਾ ਚਾਹੀਦਾ ਸੀ, ਮੈਂ ਆਪਦਾ ਖੜਦੀ ਹੁੰਦੀ ਹਾਂ, ਅਤੇ ਸਿਆਲ 'ਚ ਮੈਨੂੰ ਆਪਦਾ ਖੜਨਾ ਚਾਹੀਦਾ, ਅਤੇ ਮੈਂ ਟਰਾਲੀ ਬੈਗ ਖੜਦੀ। ਜਿਹੜਾ ਤੇਰਾ ਦਿਲ ਕਰਦਾ ਤੂੰ ਉਹ ਲੈ ਜਾ, ਬਸ ਗੱਲ ਖਤਮ, ਲੈ ਜਾ ਬਸ, ਚੱਲ ਜਾ ਬਸ ਸਕੂਲ, ਤੂੰ ਇੰਨਾ ਬੜਾ ਬਸ। ਹੈਲੋ ਜੀ, ਗੁੱਡ ਮੋਰਨਿੰਗ ਸਾਰਿਆਂ ਨੂੰ, ਵੈਲਕਮ ਕਰਦੇ ਹਾਂ ਜੀ ਆਪਣੇ ਯੂਟਿਊਬ ਚੈਨਲ 'ਤੇ। ਅਤੇ ਨੈਕਸਟ ਮੋਰਨਿੰਗ ਅੱਜ ਸਾਡੀ ਜਿਹੜੀ ਹੋ ਗਈ ਆ, ਅਤੇ ਅੱਜ ਸਵੇਰੇ ਸਵੇਰੇ ਮੌਸਮ ਤੁਸੀਂ ਵੇਖ ਸਕਦੇ ਜੇ, ਧੁੰਦ ਪੈਣੀ ਸ਼ੁਰੂ ਹੋ ਗਈ ਸੀ, ਅਤੇ ਇੱਥੇ ਪਿੰਡ ਥੋੜ੍ਹੀ ਜਿਹੀ ਨੋਰਮਲ ਲੱਗਣ ਡਈ ਆ, ਅਤੇ ਬਾਹਰ ਮੈਨੂੰ ਹੁਣੇ ਫੋਨ ਆਇਆ ਵੀ ਥੋੜ੍ਹੀ ਜ਼ਿਆਦਾ ਆ ਧੁੰਦ, ਅਤੇ ਬਾਕੀ ਹੁਣੇ ਜਾਣਾ ਅਨਹਦ ਨੂੰ ਸਕੂਲ ਛੱਡਣ। ਅਨਹਦ ਨੂੰ ਸਕੂਲ ਛੱਡ ਕੇ ਉਹ ਤੋਂ ਬਾਅਦ ਜਾਊਂਗਾ ਹੋਸਪਿਟਲ। ਅਨਹਦ ਦੇ ਨਾਨੂ ਨਹੀਂ ਠੀਕ, ਤੁਹਾਨੂੰ ਪਤਾ ਹੀ ਹੈ, ਜਿੱਦਾਂ ਉਹਨਾਂ ਦੇ ਪੈਰ ਦੀ ਇਨਫੈਕਸ਼ਨ ਸੀਗੀ, ਅਤੇ ਪੈਰ ਦਾ ਅੰਗੂਠਾ ਜਿਹੜਾ ਹੈਗਾ ਉਹ ਘਟਣਾ ਪੈ ਗਿਆ ਸੀ ਲਾਸਟ ਟਾਈਮ ਦੇ ਵਿੱਚ, ਅਤੇ ਉਹ ਜਿਹੜੀ ਇਨਫੈਕਸ਼ਨ ਆ ਉਹ ਥੋੜ੍ਹੀ ਜਿਹੀ ਜ਼ਿਆਦਾ ਵਧੀ ਆ ਆ ਗਿਆ, ਅਤੇ ਉਹ ਇਨਫੈਕਸ਼ਨ ਜਿਹੜੀ ਥੋੜ੍ਹੀ ਜਿਹੀ ਜ਼ਿਆਦਾ ਵਧਣ ਕਰਕੇ ਸਾਨੂੰ ਡਾਕਟਰ ਦੇ ਹੋਸਪਿਟਲ ਚੇਂਜ ਕਰਨੇ ਪਏ, ਅਤੇ ਇਸ ਕਰਕੇ ਹੁਣ ਆਪਾਂ ਉੱਥੇ ਹੋਸਪਿਟਲ ਐਡਮਿਟ ਕਰਾਇਆ ਉਹਨਾਂ ਨੂੰ, ਅਤੇ ਫਿਰ ਉਹ ਤੋਂ ਬਾਅਦ ਕਰਵਾਉਂਦੇ ਹਾਂ ਟ੍ਰੀਟਮੈਂਟ ਉਹਨਾਂ ਦਾ। ਹਾਂ, ਦੱਸ ਪੁੱਤ ਕੀ ਆਖਣਾ?
ਤਰੇਲ ਸਾਰੇ ਪਈ। ਸਾਈਕਲ ਲੈ ਜਾ, ਅੱਜ ਸਾਈਕਲ ਤੇ ਚੱਲ ਜਾ, ਸਕੂਟਰ ਤੇ ਜਾਉਂਗਾ। ਠੀਕ ਆ, ਬਾਏ ਬਾਏ। ਉਹ ਵਨਹਰ ਚੱਲ ਗਿਆ ਜੇ ਸਕੂਲ, ਆ ਜਾਂਦਾ ਆ ਜਾਂਦਾ ਆ ਜਾਂਦਾ, ਬਾਏ ਬਾਏ। ਆ ਜਾ ਆ ਜਾ, ਆਪਾਂ ਦਾ ਪੁਰਾਣਾ ਸਕੂਲ ਆ ਗਿਆ। ਰਸਤੇ ਚ ਹਮੇਸ਼ਾ ਹੁੰਦਾ ਹੁੰਦਾ ਆ, ਇਹਨਾਂ ਦਾ ਮੇਰਾ ਸਕੂਲ ਹੀ, ਮੈਂ ਇੱਥੇ ਪੜਿਆ, 10ਵੀਂ ਕਲਾਸ ਇੱਥੇ ਕੀਤੀ ਮੈਂ। ਉਸ ਤੋਂ ਬਾਅਦ ਫਿਰ ਮੈਂ ਇੱਥੇ ਲਾਗੇ ਸਾਡੇ ਹੈਗਾ ਕੁੱਕੜਾਂ ਵਾਲਾ, ਓਕੇ, ਉੱਥੇ ਪਲੱਸ 2 ਕੀਤੀ। ਠੀਕ ਆ। ਉਦੋਂ ਪੜ੍ਹਾਈਆਂ ਬੜੀਆਂ ਸੌਖੀਆਂ ਹੁੰਦੀਆਂ ਹਨ, ਜਿੱਦਾਂ ਤੁਹਾਡੀਆਂ ਉਹਨਾਂ ਬੜੀਆਂ ਔਖੀਆਂ ਹੋਈ। ਤੁਹਾਡੇ ਸਬਜੈਕਟ, ਸਿਲੇਬਸ, ਹੋਰ ਪ੍ਰੋਜੈਕਟ ਪ੍ਰੋਜੈਕਟ ਬੜਾ ਕੁਛ ਆ ਗਿਆ ਤੁਹਾਡੇ। ਸਾਡੇ ਵਾਰੀ ਸਿੱਧੀਆਂ ਸਿੱਧੀਆਂ ਹੁੰਦੀਆਂ, ਸਿੰਪਲ ਸਿੰਪਲ। ਵਧੀਆ ਸੀ ਟਾਈਮ। ਉਦੋਂ ਕਿੰਨਾ ਹੁੰਦਾ ਸੀ, 2000 ਕਿੰਨਾ ਹੁੰਦਾ ਸੀ? ਉਦੋਂ 2000 ਕੀ, ਉਦੋਂ ਕਿੰਨਾ ਹੁੰਦਾ ਸੀ? 2000 ਕਿੰਨਾ ਹੁੰਦਾ ਸੀ ਸਨ? ਨਹੀਂ, ਜਿਸ ਤਰ੍ਹਾਂ ਹੁਣ ਹੈਗਾ 2004, ਉਹੀ ਸਨ ਨਹੀਂ ਯੀਅਰ। ਹਾਂਜੀ ਹਾਂ, ਉਦੋਂ ਮੇਰੇ ਖਿਆਲ 'ਚ, ਮੈਨੂੰ ਪੱਕਾ ਯਾਦ ਨਹੀਂ ਹੋਣਾ ਇਸ ਟਾਈਮ 'ਤੇ, ਮੇਰੇ ਖਿਆਲ 'ਚ 3 ਸੀਗਾ ਸ਼ਾਇਦ। ਏਅਰਪੋਰਟ ਰੋਡ ਅੱਜ ਪਤਾ ਨਹੀਂ ਕਿਉਂ ਸਾਰਾ ਬੰਦ ਕੀਤਾ ਆ, ਤੇ ਅਨਹਦ ਨੂੰ ਮੈਂ ਲੈਣ ਜਾਣ ਡਿਆ ਸਕੂਲ, ਤੇ ਬੜੀ ਬੁਰੀ ਹਾਲ ਹੋਈ ਪਈ ਰੋਡ ਦੀ, ਜਾਮ ਲੱਗ ਗਿਆ। ਤੇ ਇਹ ਹੁਣ ਇਸ ਟਾਈਮ ਤੇ ਜਾਣ ਡਿਆ ਮੀਰਾਂਕੋਟ ਪਿੰਡ ਦੇ ਵਿੱਚੋਂ ਦੀ, ਮੀਰਾਂਕੋਟ ਹੀ ਅਨਹਦ ਦਾ ਸਕੂਲ ਹੈ। ਅਨਹਦ ਦੇ ਸਕੂਲ ਤੱਕ ਹੀ ਨਹੀਂ ਪਹੁੰਚਿਆ ਜਾਣ ਡਿਆ ਮੈਨੂੰ, ਘੱਟ ਤੋਂ ਘੱਟ ਵੀ ਤੇ ਇੱਥੇ ਮੈਨੂੰ 25 ਮਿੰਟ ਹੋ ਗਏ ਆ ਜਾਮ ਦੇ ਵਿੱਚ ਖਲੋਤੇ ਨੂੰ। ਰੋਡ ਹੀ ਨਹੀਂ ਕਲੀਅਰ ਹੋਣ ਡਿਆ, ਲੋਕ ਰੋਂਗ ਸਾਈਡ ਲਿਆ ਲਿਆ, ਮੋਟਰਸਾਈਕਲ ਅੱਗੇ ਕਰ ਦਿੰਦੇ ਗੱਡੀਆਂ, ਤੇ ਗੱਡੀਆਂ ਨੂੰ ਰਾਹ ਨਹੀਂ ਮਿਲ ਡਿਆ ਕਿਸੇ ਬੰਨੇ ਨਿਕਲਣ ਨੂੰ। ਬਹੁਤ ਬੁਰੀ ਹਾਲ ਹੋਈ ਜਾਮ ਲੱਗਾ, ਤੇ ਬੰਦ ਕਿਉਂ ਹੋਇਆ ਹੁਣ ਇਹ ਨਹੀਂ ਪਤਾ ਲੱਗਾ ਕੋਈ ਵੀ, ਏਅਰਪੋਰਟ ਰੋਡ ਜਿਹੜਾ ਬੰਦ ਕੀਤਾ ਕਿਉਂ ਕੀਤਾ ਆ। ਤੇ ਬਹੁਤ ਬੁਰੀ ਹਾਲਤ ਆ, ਬਹੁਤ ਟਾਈਮ ਹੋ ਗਿਆ ਇੱਥੇ ਜਾਮ ਦੇ ਵਿੱਚ ਫਸਿਆ ਨੂੰ, ਤੇ ਛੁੱਟੀ ਵੀ ਹੋ ਗਈ ਇਹਨਾਂ ਨੂੰ। ਹੁਣ ਟੀਚਰ ਨੂੰ ਕਾਲ ਕੀਤੀ ਇਹਨਾਂ ਦੇ ਨੂੰ ਵੀ ਬਿਠਾ ਲਓ 10 ਮਿੰਟ, ਫਿਰ ਜੇ ਲੇਟ ਆ ਗਏ ਤੇ। ਥੋੜ੍ਹੀ ਜਿਹੀ ਟ੍ਰੈਫਿਕ ਤੁਰਦੀ ਆ ਫਿਰ ਉਹੀ ਹਾਲ ਹੋ ਜਾਂਦਾ, ਬਸ ਇੰਨੀ ਕੁ ਚੱਲਦੀ, ਬਸ ਇੰਨੀ ਮੰਦੀ ਹਾਲ ਹੋਈ ਪਈ ਆ ਰੋਡ ਦੀ। ਸਮਝ ਨਹੀਂ ਲੱਗੀ ਕੀ ਕਾਰਨ ਹੈ, ਰੋਡ ਬੰਦ ਕਿਉਂ ਕੀਤਾ ਗਿਆ। ਫਾਈਨਲੀ ਸਕੂਲ ਪਹੁੰਚਿਆ ਮੈਂ 1.5 ਘੰਟੇ ਦੀ ਵੇਟ ਕਰਨ ਤੋਂ ਬਾਅਦ, ਟ੍ਰੈਫਿਕ 'ਚੋਂ ਨਿਕਲਣ ਤੋਂ ਬਾਅਦ। ਆ ਵੀ ਰੋਡ ਜਿਹੜਾ ਸਿੱਧਾ ਜਾਂਦਾ, ਇਹ ਵੀ ਸਾਰਾ ਬੰਦ ਆ, ਇਹ ਵੀ ਅੱਗੇ ਜਾ ਕੇ ਮੇਨ ਚੜ੍ਹਦਾ ਏਅਰਪੋਰਟ ਰੋਡ 'ਤੇ, ਪਰ ਇਹ ਵੀ ਬੰਦ ਕੀਤਾ ਰੋਡ। ਅਨਹਦ ਨੂੰ ਮੈਂ ਸਕੂਲ ਤੋਂ ਲੈ ਲਿਆ ਹੁਣ, ਅਨਹਦ ਮੈਂ ਮਹਾਂ ਹੀ ਆਇਆ ਤੇਰੇ ਸਕੂਲ ਤੱਕ, ਬੜਾ ਜਾਮ ਲੱਗਾ, ਬੜੀ ਬੁਰੀ ਹਾਲ ਰਸਤੇ ਦੇ ਵਿੱਚ। ਆਹੋ ਪਤਾ ਨਹੀਂ ਕੀ ਹੋਇਆ, ਬੜੀ ਬੜੇ ਚਿਰ ਦਾ ਤੁਰਿਆ ਮੈਂ ਘਰੋਂ, ਮੈਂ ਰਾਇਸ ਸੀ ਸਮਾਨ ਲੈਣਾ ਤੇਰੇ ਪ੍ਰੋਜੈਕਟ ਦਾ। ਆਹੋ ਆਹੋ ਆਹੋ, ਰਸਤਾ ਬੰਦ ਹੋਇਆ, ਸੱਚੀ ਗੱਲ ਹੈ। ਬਹੁਤ ਜ਼ਿਆਦਾ ਬੁਰੀ ਹਾਲ ਹੋਈ ਸੀ, ਜਾਮ ਲੱਗੇ। ਕਾਹਦੇ ਵਾਸਤੇ? ਵੀਜ਼ਾ ਲੱਗ ਗਿਆ ਮੇਰਾ ਕੈਨੇਡਾ ਦਾ, ਪਾਸਪੋਰਟ ਤਾਂ ਉੱਥੇ ਪਏ, ਤੇ ਵੀਜ਼ਾ ਖਾਤੇ ਲੱਗ ਗਿਆ। ਆਨਲਾਈਨ ਆ ਜਾਂਦੇ ਵੀਜ਼ੇ ਅੱਜ ਕੱਲ੍ਹ। ਨਹੀਂ ਨਹੀਂ, ਕੇਕ ਨਾ ਖਰਾਬ ਕਰਨੀ ਆਵੇ। ਨਹੀਂ ਕਾਹਦੇ ਵਾਸਤੇ ਸੱਚੀ? ਹਾਂ ਕਾਰਡ ਵੀ ਲਾਇਆ ਨਾਲ, ਦਿਖਾਓ ਸੀ ਕਾਰਡ ਤੇ। ਉਦਾਂ ਹੀ ਆ ਅਨੰਦ, ਕਾਹਦੇ ਵਾਸਤੇ ਲਿਆਉਂਦੇ ਜੀ ਕੇਕ? ਇਹ ਤਾਂ ਪ੍ਰੋਜੈਕਟ ਬਣਾਉਣਾ ਸੀਗਾ ਤੇ ਉਹ ਆਵੇ ਆ ਲੱਗਣੀ ਉੱਤੇ ਫੋਟੋਆਂ ਦੀ, ਥੱਲੇ ਫੋਟੋ ਵਿਖਾ, ਸਮੁੰਦਰੀ ਜੀਵ। ਦਰਿਆ ਚ ਵੀ ਹੁੰਦੀਆਂ, ਨਹਿਰ ਚ ਵੀ ਹੈਗੀਆਂ। ਅੱਛਾ ਜੀ,
ਸਕੂਲ ਦਾ ਬਲੇਜ਼ਰ ਸਾਰੇ ਕਹਿੰਦੇ ਆ ਬੜਾ ਅੱਜ ਬੜਾ ਜਾਮ ਲੱਗਾ ਮਹਾ ਪਹੁੰਚਿਆ ਇਹਦੇ ਸਕੂਲੇ ਦਾ ਵੀ ਮੈਂ ਲੱਗਾ ਕਿੱਥੇ ਹੀ ਵੈਸੇ ਏਅਰਪੋਰਟ ਰੋਡ ਮੀਰਾਗੜ ਚੌਂਕ ਬੰਦ ਕੀਤਾ ਹੈ ਕਿਉਂ ਪਤਾ ਨਹੀਂ ਕੀ ਜਾਮ ਜੂ ਨਾ ਨਾ ਕੋ ਜਾਮ ਜੂਮ ਜਾ ਲੱਗਾ ਹੈ ਪਤਾ ਨਹੀਂ ਕਾਹਦਾ ਲੱਗਾ ਆਨੰਦ ਆ ਗਈ ਆ ਆਨੰਦ ਅੱਜ ਇਸ ਵੇਲੇ ਆਇਆ ਹਨਾ ਤੇ ਧੁੰਦ ਵੀ ਪੈ ਗਈ ਵੇਖ ਕਿੰਨੀ ਪੜ੍ਹਿਆ ਟਿਊਸ਼ਨ ਟਿਊਸ਼ਨ ਨੂੰ ਪੜ੍ਹੀਆ ਕੀ ਕੀ ਬਣਾਇਆ ਕੀ ਬਣਾਇਆ ਪ੍ਰੋਜੈਕਟ ਪ੍ਰੋਜੈਕਟ ਬਣਾਇਆ ਬਹੁਤ ਸੋਹਣਾ ਬਣਾਇਆ ਮੇਰੇ ਫੇਵਰੇਟ ਵੀ ਹੈਗੀ ਡਾਲਫਿਨ ਮੈਂ ਓਏ ਕਿੰਨਾ ਸੋਹਣਾ ਹੈ ਦਿਖਾਓ ਬਾਹਰ ਆਣ ਦੇ ਤਿਆਰ ਹੋ ਨੇ ਐਦਾਂ ਗੱਡੀ 'ਚ ਰੱਖ ਲਓ ਸਵੇਰੇ ਖੜਨਾ ਹੀ ਆ ਬਹੁਤ ਸੋਹਣਾ ਬਣਾਇਆ ਬਹੁਤ ਜ਼ਿਆਦਾ ਵਾਓ ਭਾਬੀ ਆ ਕੀ ਨੂਆ ਗੱਡੀ ਕਿੱਥੇ ਆ ਟਰਾਲੀ ਬੈਗ ਆ ਫਿਰ ਮੈਂ ਫਿਰ ਵੀ ਮੋਢੇ ਤੇ ਪਾਇਆ ਬਹੁਤ ਸੋਹਣਾ ਬਣਾਇਆ ਥੈਂਕ ਯੂ ਵੀ ਥੈਂਕ ਯੂ ਅੰਦਰ ਰੱਖਣਾ ਗੱਡੀ 'ਚ ਉੱਥੇ ਰੱਖ ਲਾ साढ़े अठ बजे आई भुख लगी चलो पूरी पूरी घंट फ्लैग भी तेरा सवेरे ट्राइक सूट पा के जाना ऐदा करना इतने कल जाके बैग तो ला ला